ਸਾਡੀ ਰਾਤ ਹੋ ਗਈ ਆ ਜੀ, ਇੱਧਰੋਂ ਗ੍ਰਿਲ ਕੁੱਟੀ ਗਈ ਆ ਅਤੇ ਪਿੱਛੋਂ ਖੇਤਾਂ 'ਚੋਂ ਆਏ ਸੀ ਅਤੇ ਅਸੀਂ ਇੱਧਰ ਲੋਬੀ 'ਚ ਸੁੱਤੇ ਸੀ ਅਤੇ ਜਦੋਂ 4 ਵਜੇ ਦੇਖਿਆ ਅਤੇ ਸਾਰਾ ਸਮਾਨ ਖਿਲ ਰਿਹਾ ਪਿਆ ਸੀ। ਕੀ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਸੋਨਾ ਸੀ 8 ਤੋਲੇ ਜੀ, ਕੈਸ਼ ਸੀ 80,000 ਰੁਪਇਆ। ਰਾਤ ਨੂੰ ਤੁਹਾਨੂੰ ਕੋਈ ਆਵਾਜ਼ ਨਹੀਂ ਆਈ, ਕੋਈ ਬੰਦਾ ਅੰਦਰ ਆਇਆ ਜਾਂ ਕੁਛ? ਸਾਨੂੰ ਕੋਈ ਆਵਾਜ਼ ਨਹੀਂ ਆਈ, ਹੋਸ਼ ਹੀ ਨਹੀਂ ਆਈ ਸਾਨੂੰ, ਜਿੱਦਾਂ ਇੱਦਾਂ ਸਵੇਰੇ ਉੱਠੇ ਉਹਦੇ ਕਰਕੇ ਫਿਰ ਪਤਾ ਨਹੀਂ ਲੱਗਾ ਸਾਨੂੰ। ਸਵੇਰੇ ਸਾਨੂੰ ਕੋਈ ਅੱਜ 7 ਵਜੇ ਇਨਫੋਰਮੇਸ਼ਨ ਮਿਲੀ ਸੀ। ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਇੱਥੇ ਪਿੰਡ ਜਲਾਲ ਚੱਕ ਪੁੱਜੇ ਹਾਂ, ਜਿੱਥੇ ਆ ਕੇ ਮੌਕਾ ਦੇਖਿਆ ਗਿਆ। ਮੌਕਾ ਦੇਖਣ ਤੋਂ ਬਾਅਦ ਪਤਾ ਲੱਗਾ ਵੀ ਕੋਈ ਨਾਮਲੂਮ ਵਿਅਕਤੀਆਂ ਵੱਲੋਂ ਜੋਗਿੰਦਰ ਸਿੰਘ ਸਾਨੂੰ ਦਲੀਪ ਸਿੰਘ ਦੇ ਘਰ ਵਿੱਚੋਂ 8 ਤੋਲੇ ਸੋਨਾ ਅਤੇ 80,000 ਰੁਪਈਆ ਕੈਸ਼ ਨਾਮਲੂਮ ਵਿਅਕਤੀ ਵੱਲੋਂ ਚੋਰੀ ਕੀਤੀ ਗਈ ਆ, ਜਿਹਦੀ ਜਿਹੜੀ ਆ ਤਫਤੀਸ਼ ਕੀਤੀ ਜਾ ਰਹੀ ਆ, ਅਗਲੀ ਕਾਰਵਾਈ ਆ ਚੱਲ ਰਹੀ। ਕੀ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ? ਪਰੇਸ਼ਾਨ ਕਿਉਂ ਹੋ ਰਹੇ ਹੋ? ਅਸੀਂ ਤੁਹਾਡੀ ਮਦਦ ਕਰਾਂਗੇ ਵੀਜ਼ਾ ਲੈਣ ਦੇ ਵਿੱਚ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਸੰਪਰਕ ਕਰੋ ਜਾਂ ਈ ਪਲੈਨਟ ਆਲਸ ਐਂਡ ਇਮੀਗ੍ਰੇਸ਼ਨ ਦਸੂਹਾ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ।